ਸਤਿ ਸ਼੍ਰੀ ਅਕਾਲ ਦੋਸਤੋ, ਫਿਰ ਤੋਂ ਇੱਕ ਵਾਰ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ। ਫਿਰ ਤੋਂ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ। ਅੱਜ ਦੀ ਵੀਡੀਓ ਹੋਣ ਵਾਲੀ ਹੈ ਬਹੁਤ ਹੀ ਖਾਸ, ਜੋ ਕਿ ਆਮ ਤੌਰ ਤੇ ਅਸੀਂ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਵਿਆਜ ਦੀ ਕੈਲਕੂਲੇਸ਼ਨ ਕਰਦੇ ਆ ਤਾਂ ਉਹ ਬਹੁਤ ਹੀ ਟਫ ਤਰੀਕੇ ਨਾਲ ਕਰਦੇ ਆ, ਫਾਰਮੂਲੇ ਵਗੈਰਾ ਲਗਾਉਣੇ ਆ, ਜਾਂ ਅਨਪੜ੍ਹ ਜਾਂ ਅਨਐਜੂਕੇਟਡ ਲੋਕ ਨੇ ਉਹ ਉਂਗਲਾਂ ਵਗੈਰਾ ਤੇ ਜੋ ਆਪਣਾ ਹਿਸਾਬ ਕਿਤਾਬ ਕਰਦੇ ਨੇ ਤਾਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਅੱਜ ਤੁਹਾਨੂੰ ਵਿਆਜ ਕੱਢਣ ਦਾ ਇੱਕ ਬਹੁਤ ਹੀ ਸੌਖਾ ਅਤੇ ਸਰਲ ਤਰੀਕਾ ਦੱਸਣ ਵਾਲਾ, ਜੋ ਕਿ ਘੱਟ ਤੋਂ ਘੱਟ ਐਜੂਕੇਸ਼ਨ ਰੱਖਣ ਵਾਲਾ ਵਿਅਕਤੀ ਵੀ ਹੈ ਜੋ ਵਿਆਜ ਫਾਇੰਡ ਆਊਟ ਕਰ ਸਕਦਾ ਹੈ ਨਾ ਜੀ। ਜੋ ਮਾੜਾ ਮੋਟਾ ਪੜ੍ਹਿਆ ਲਿਖਿਆ ਵੀ ਹੈ, ਜਿਹਨੂੰ ਮਾੜਾ ਮੋਟਾ ਕਹਿੰਦੇ ਮੋਬਾਈਲ ਦੀ ਜਾਣਕਾਰੀ ਹੈ ਜਾਂ ਕੈਲਕੂਲੇਟਰ ਦੀ ਜਾਣਕਾਰੀ ਹੈ, ਤਾਂ ਉਹ 10 ਸੈਕਿੰਡ ਦੇ ਵਿੱਚ ਜਿਹੜਾ ਉਹ ਵਿਆਜ ਫਾਇੰਡ ਆਊਟ ਕਰ ਸਕਦਾ ਹੈ। ਤਾਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਤੁਹਾਨੂੰ ਸਿੱਧਾ ਚੱਲਦੇ ਜੀ ਫਾਰਮੂਲੇ ਦੇ ਵੱਲ। ਅੱਜ ਦੇ ਜ਼ਮਾਨੇ ਦੇ ਵਿੱਚ ਕੈਲਕੂਲੇਟਰ ਤਾਂ ਲਗਭਗ ਹਰੇਕ ਨੂੰ ਚਲਾਉਣਾ ਆਉਂਦਾ ਹੀ ਹੈ, ਚਾਹੇ ਉਹ ਕੀਪੈਡ ਮੋਬਾਈਲ ਦੇ ਵਿੱਚ ਹੋ, ਐਂਡਰਾਇਡ ਮੋਬਾਈਲ ਦੇ ਵਿੱਚ, ਜਾਂ ਬਿਨਾਂ ਮੋਬਾਈਲ ਤੋਂ ਆਮ ਕੈਲਕੂਲੇਟਰ ਜੋ ਬਾਜ਼ਾਰ ਵਿੱਚ ਹੁੰਦੇ ਨੇ ਉਹ ਕੈਲਕੂਲੇਟਰ ਹੋਵੇ, ਤਾਂ ਲਗਭਗ ਹਰ ਇੱਕ ਵਿਅਕਤੀ ਉਸਨੂੰ ਯੂਜ਼ ਕਰਨਾ ਜਾਣਦੀ ਹੈ। ਤਾਂ ਜਿਹੜਾ ਅੱਜ ਆਪਾਂ ਵਿਆਜ ਫਾਇੰਡ ਆਊਟ ਕਰਨਾ, ਉਹ ਇਸ ਕੈਲਕੂਲੇਟਰ ਦੀ ਮਦਦ ਨਾਲ ਹੀ ਕਰਾਂਗੇ, ਸਿਰਫ 10 ਸੈਕਿੰਡ ਦੇ ਵਿੱਚ। ਤਾਂ ਸ਼ੁਰੂ ਕਰਦੇ ਕਿਵੇਂ ਕਰਨਾ ਜੀ। ਤਾਂ ਕੈਲਕੂਲੇਟਰ ਉੱਪਰ ਜੋ ਆਪਣੇ ਨਿਸ਼ਾਨ ਬਣੇ ਹੁੰਦੇ ਆ ਜੀ, ਉਸ ਵਿੱਚ ਇੱਕ ਤਾਂ ਮਲਟੀਪਲੀਕੇਸ਼ਨ ਯਾਨੀ ਕਿ ਗੁਣਾ ਦਾ ਵੀ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ, ਕ੍ਰੋਸ ਸਾਈਨ ਹੁੰਦਾ ਹੈ। ਇੱਕ ਤਾਂ ਇਸ ਵਿੱਚ ਆਪਾਂ ਉਸ ਨਿਸ਼ਾਨ ਦੀ ਵਰਤੋਂ ਕਰਾਂਗੇ, ਉਸ ਸਵਿੱਚ ਦੀ ਵਰਤੋਂ ਕਰਾਂਗੇ। ਦੂਸਰਾ ਹੈ ਜੀ ਪਰਸੈਂਟੇਜ ਯਾਨੀ ਕਿ ਪ੍ਰਤੀਸ਼ਤ ਦਾ ਨਿਸ਼ਾਨ ਬਣਿਆ ਹੁੰਦਾ ਹੈਗਾ ਇਸ ਟਾਈਪ ਦਾ, ਤਾਂ ਇਸ ਨੂੰ ਯੂਜ਼ ਕਰਾਂਗੇ। ਇਹਨਾਂ ਦੋਨਾਂ ਦਾ ਯੂਜ਼ ਕਰਕੇ ਆਪਾਂ ਵਿਆਜ ਜਿਹੜਾ ਫਾਇੰਡ ਆਊਟ ਕਰਨਾ ਹੈ। ਸਭ ਤੋਂ ਪਹਿਲਾਂ ਆਪਾਂ ਕੋਈ ਵੀ ਰਕਮ ਲੈ ਲੈਂਦੇ ਹਾਂ, ਮੰਨ ਲਓ ਆਪਾਂ ਕੋਈ ਵੀ ਵੈਸੇ ਹੀ ਲਿਖ ਲੈਂਦੇ ਹਾਂ, ਇਸ ਦਾ ਆਪਾਂ ਵਿਆਜ ਫਾਇੰਡ ਆਊਟ ਕਰਨਾ ਹੈ। ਮੰਨ ਲਓ ਆਪਾਂ 1 ਲੱਖ ਰੁਪਏ ਦਾ ਵਿਆਜ ਫਾਇੰਡ ਆਊਟ ਕਰਨਾ ਹੈ, ਤਾਂ ਕਿੰਨੇ ਸਮੇਂ ਦਾ ਕਰਨਾ ਹੈ ਉਹ ਆਪਾਂ ਅਲੱਗ ਅਲੱਗ ਵੀਡੀਓ ਦੇ ਵਿੱਚ ਦੱਸ ਦਾਂਗੇ। ਅਤੇ ਮੰਨ ਲਓ ਪਹਿਲਾਂ ਆਪਾਂ 6 ਮਹੀਨੇ ਦਾ ਵਿਆਜ ਫਾਇੰਡ ਆਊਟ ਕਰਨਾ ਹੈ 1 ਲੱਖ ਰੁਪਏ ਦਾ, ਤਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ, ਕੈਲਕੂਲੇਟਰ ਦੇ ਉੱਪਰ 1 ਲੱਖ ਰੁਪਏ ਲਿਖ ਦੇਵਾਂਗੇ ਜੀ। ਉਸ ਤੋਂ ਬਾਅਦ ਜਿਹੜਾ ਆਪਾਂ ਕ੍ਰੋਸ ਸਾਈਨ ਮਲਟੀਪਲੀਕੇਸ਼ਨ ਦਾ ਹੁੰਦਾ, ਜਿਹਨੂੰ ਗੁਣਾ ਕਹਿ ਦਿੰਦੇ ਹਾਂ, ਉਹ ਇੰਨਾ ਮਲਟੀਪਲਾਈ ਕਰਾਂਗੇ। ਕਿਹਦੇ ਨਾਲ ਕਰਨਾ ਜੀ, ਜਿੰਨੇ ਪਰਸੈਂਟ ਆਪਾਂ ਨੂੰ ਜਿਹੜਾ ਵਿਆਜ ਲਗਾਇਆ ਜਾਂਦਾ ਹੈ, 1% ਹੈ, 1.5% ਹੈ, ਜਾਂ 2% ਹੈ, ਜਿੰਨਾ ਵੀ ਹੈ। ਮੰਨ ਲਓ ਆਪਣਾ ਇੱਥੇ ਵਿਆਜ ਹੈ ਜੋ 1.5% ਹੈ, ਠੀਕ ਹੈ ਜੀ। ਤਾਂ 1 ਲੱਖ ਮਲਟੀਪਲਾਈ ਭਾਵ ਗੁਣਾ 1.5%, ਠੀਕ ਹੈ ਜੀ, ਇਹ ਕਰਾਂਗੇ। ਇਸ ਤੋਂ ਬਾਅਦ ਆਪਾਂ ਪਰਸੈਂਟੇਜ ਦਾ ਨਿਸ਼ਾਨ ਪ੍ਰੈਸ ਕਰਾਂਗੇ ਜੀ, ਸਿੱਧਾ ਪਰਸੈਂਟੇਜ ਦਾ, ਜਿਹਨੂੰ ਪ੍ਰਤੀਸ਼ਤ ਵੀ ਕਹਿ ਦਿੰਦੇ ਆ। ਕਿੰਨੇ ਪਰਸੈਂਟ ਆ ਗਿਆ, ਇਹ ਆਪਣੇ 1 ਮਹੀਨੇ ਦਾ ਵਿਆਜ ਆ ਗਿਆ। ਸੋ ਇਸ ਤੋਂ ਅੱਗੇ ਦਾ ਪ੍ਰੋਸੈਸ ਜਿਹੜਾ ਕਾਫੀ ਸੌਖਾ ਹੈ। ਜਦੋਂ 1 ਮਹੀਨੇ ਦਾ ਵਿਆਜ ਆ ਗਿਆ, ਤਾਂ ਜਿੰਨੇ ਵੀ ਮਹੀਨੇ ਦਾ ਆਪਾਂ ਪਤਾ ਕਰਨਾ ਹੋਵੇ ਉਸਨੂੰ ਇਸ ਨਾਲ ਮਲਟੀਪਲ ਫਿਰ ਤੋਂ ਗੁਣਾ ਕਰ ਦੇ। ਜੇਕਰ ਆਪਾਂ 2 ਮਹੀਨੇ ਦਾ ਕਰਨਾ ਤਾਂ ਇਸਨੂੰ 2 ਨਾਲ ਗੁਣਾ ਕਰ ਦੇ, 6 ਦਾ ਕਰਨਾ ਤਾਂ 6 ਨਾਲ ਗੁਣਾ ਕਰ ਦੇ, ਸਾਲ ਦਾ ਕਰਨਾ ਤਾਂ 12 ਨਾਲ ਗੁਣਾ ਕਰ ਦੇ। ਇਸ ਪ੍ਰਕਾਰ ਆਪਾਂ ਜਿਹੜਾ ਇਹ ਵਿਆਜ ਸੌਖੇ ਤਰੀਕੇ ਨਾਲ ਫਾਊਂਡ ਆਊਟ ਕਰ ਸਕਦੇ ਹਾਂ। 1 ਦਿਨ ਦਾ ਵੀ ਕਰ ਸਕਦੇ ਹਾਂ, ਜਿੰਨਾ ਵੀ ਆਇਆ ਆਪਣੇ 1 ਮਹੀਨੇ ਦਾ ਆਇਆ, ਇਸ ਮਹੀਨੇ ਨੂੰ ਆਪਾਂ 30 ਦੇ ਡਿਵਾਈਡ ਕਰਕੇ 1 ਦਿਨ ਦਾ ਵਿਆਜ ਜਿਹੜਾ ਉਹ ਪਤਾ ਕਰ ਸਕਦੇ ਹਾਂ। ਜੇਕਰ 1 ਸਾਲ ਤੋਂ ਜ਼ਿਆਦਾ ਦਾ ਵਿਆਜ ਫਾਇੰਡ ਆਊਟ ਕਰਨਾ ਹੋਵੇ ਤਾਂ ਕੀ ਹੈ, ਆਪਾਂ ਪਹਿਲਾਂ 1 ਸਾਲ ਦਾ ਵਿਆਜ ਕੱਢ ਲਾਂਗੇ, ਉਸ ਤੋਂ ਬਾਅਦ ਜਿੰਨਾ 12 ਮਹੀਨੇ ਦਾ ਵਿਆਜ ਬਣੇਗਾ ਉਸਨੂੰ ਜੋ ਮੂਲ ਰਕਮ ਹੈ, ਯਾਨੀ ਕਿ ਆਪਣੀ ਜੋ ਸਵਾਲ ਸੀਗਾ 1 ਲੱਖ ਰੁਪਏ ਦਾ ਵਿਆਜ ਫਾਇੰਡ ਆਊਟ ਕਰਨਾ ਸੀ, 1 ਲੱਖ ਰੁਪਏ ਦੇ ਵਿੱਚ ਪਲੱਸ 12 ਮਹੀਨੇ ਦਾ ਵਿਆਜ ਆ ਉਹ ਐਡ ਕਰਕੇ ਉਸ ਤੋਂ ਬਾਅਦ ਫਿਰ ਤੋਂ ਇਹ ਫਾਰਮੂਲਾ ਜਿਹੜਾ ਐਡ ਕਰ ਦਾਂਗੇ। ਉਸੇ ਤਰ੍ਹਾਂ ਹੀ ਜਿੰਨੇ ਅੱਗੇ ਮਹੀਨੇ ਦਾ ਫਾਇੰਡ ਆਊਟ ਕਰਨਾ, ਅੱਗੇ ਮੰਨ ਲਓ 1 ਮਹੀਨਾ 1 ਸਾਲ 6 ਮਹੀਨੇ ਦਾ ਕਰਨਾ ਸੀ, ਸਾਲ ਦਾ ਆਪਾਂ ਪੈਰਲਾ ਕਰ ਲਿਆ, ਇਸ ਪ੍ਰਕਾਰ ਅਗਲੇ 6 ਮਹੀਨੇ ਦਾ ਇਸਦੇ ਲੋਟ ਕੱਢ ਲਾਂਗੇ। ਇੱਕ ਲੱਖ ਜੋ ਵੀ ਆਪਾਂ ਵਿਆਜ ਜੋੜਿਆ ਵਿੱਚ ਉਹ ਜੋੜ ਕੇ ਉਹਦੇ ਗੁਣਾ 6 ਕਰ ਦਾਂਗੇ, ਉਸ ਤੋਂ ਬਾਅਦ ਜੋ ਪਰਸੈਂਟੇਜ ਆਵੇਗਾ ਉਹ 1 ਮਹੀਨੇ ਦਾ ਫਿਰ ਤੋਂ ਆ ਜਾਵੇਗਾ। ਸੋ ਇਹ ਪ੍ਰੋਸੈਸ ਅੱਗੇ ਦੀ ਅੱਗੇ ਚੱਲਦਾ ਰਹੇਗਾ, ਸਾਲ ਦੀ ਸਾਲ ਜਿਹੜਾ ਵਿਆਜ 'ਚ ਵਿਆਜ ਜੁੜਦਾ ਰਹੇਗਾ। ਸੋ ਜੇਕਰ ਤੁਹਾਨੂੰ ਇਹ ਫਾਰਮੂਲਾ ਪਹਿਲਾਂ ਨਹੀਂ ਪਤਾ ਸੀ, ਇਸ ਵੀਡੀਓ ਰਾਹੀਂ ਪਤਾ ਲੱਗਿਆ, ਤਾਂ ਵੀਡੀਓ ਨੂੰ ਜਲਦੀ ਜਲਦੀ ਕਰ ਦਿਓ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਕਿਉਂਕਿ ਇਸ ਤਰ੍ਹਾਂ ਦੀ ਹੈਲਪਫੁਲ ਵੀਡੀਓ ਸਾਡੇ ਚੈਨਲ 'ਤੇ ਆਉਂਦੀਆਂ ਰਹਿੰਦੀਆਂ ਨੇ। ਵੀਡੀਓ ਦੇਖਣ ਲਈ ਬਹੁਤ ਬਹੁਤ ਸ਼ੁਕਰੀਆ, ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ, ਤਦ ਤੱਕ ਲਈ ਸਤਿ ਸ਼੍ਰੀ ਅਕਾਲ।